ਈਵਨ ਪੰਜਾਬੀ ਨਿਡਰ ਨਿਰਪੱਖ ਅਤੇ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ। ਕਰੰਟ ਇਸ਼ੂ ਲਈ ਚੱਲਦੇ ਹਾਂ ਬਰਨਾਲਾ। ਦੱਸਣਾ ਚਾਹੁੰਦਾ ਕਿ 15 ਅਗਸਤ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਪੁਲਿਸ ਵੱਲੋਂ ਪੂਰੇ ਪੰਜਾਬ ਦੇ ਆਪਣੇ ਆਪਣੇ ਜ਼ਿਲ੍ਹਿਆਂ ਦੀ SSP ਸਾਹਿਬ ਨੇ ਬੜੀ ਹੀ ਚੌਕਸੀ ਦੇ ਨਾਲ, ਬਹੁਤ ਹੀ ਸੀਰੀਅਸ ਤਰੀਕੇ ਦੇ ਨਾਲ ਉਸ ਦੀ ਘੇਰਾਬੰਦੀ ਕੀਤੀ ਹੈ। ਔਰ ਇਸ ਘੇਰਾਬੰਦੀ ਦੇ ਵਿੱਚ, ਇਸ ਚੌਕਸੀ ਦੇ ਵਿੱਚ ਕੁਛ ਲੋਕ ਪੁਲਿਸ ਦੇ ਅੜਿੱਕੇ ਚੜ੍ਹੇ ਨੇ, ਜਿਨ੍ਹਾਂ ਵਿੱਚੋਂ 3 ਮੈਂਬਰੀ ਗਿਰੋਹ ਦੇ 2 ਮੈਂਬਰਾਂ ਨੂੰ ਪਕੜਿਆ ਗਿਆ ਹੈ ਔਰ ਉਹਨਾਂ ਦੇ ਕੋਲੋਂ ਪਿਸਟਲ ਔਰ 1 ਸਕੋਰਪੀਓ ਕਾਰ ਵੀ ਪਕੜੀ ਗਈ ਹੈ। ਕੀ ਹੈ ਪੂਰੀ ਖਬਰ? ਇਹ ਪੂਰੀ ਖਬਰ ਦੇਣ ਵਾਸਤੇ ਬਰਨਾਲੇ ਤੋਂ ਰਾਜੇਸ਼ ਕੁਮਾਰ ਜੀ ਮੇਰੇ ਨਾਲ ਜੁੜ ਚੁੱਕੇ ਨੇ, ਉਹਨਾਂ ਤੋਂ ਅਪਡੇਟ ਲੈਂਦੇ ਹਾਂ। ਰਾਜੇਸ਼ ਜੀ, ਕੀ ਅਪਡੇਟ ਹੈ ਇਸ ਖਬਰ ਨੂੰ ਲੈ ਕੇ? ਜੀ ਸੋਤਾ ਜੀ, ਇਹ 2 ਜਣੇ ਪੁਲਿਸ ਵੱਲੋਂ ਜੋ ਗ੍ਰਿਫਤਾਰ ਕੀਤੇ ਗਏ ਹੈਗੇ, ਇਹਨਾਂ ਕੋਲੋਂ 3 ਨਜਾਇਜ਼ ਅਸਲੇ ਔਰ ਕੁਛ ਕਾਰਤੂਸ ਹੈ ਜੋ ਬਰਾਮਦ ਹੋਏ, ਜਿਨ੍ਹਾਂ ਦੇ ਵਿੱਚ 2 ਪਿਸਤਲ ਹੈਗੇ, 1 12 ਬੋਰ ਦੀ ਗੰਨ ਹੈਗੀ ਹੈ। ਪੁਲਿਸ ਨੇ 1 ਸਕੋਰਪੀਓ ਗੱਡੀ ਦੇ ਨਾਲ ਇਹਨਾਂ ਨੂੰ ਜੋ ਗਸ਼ਤ ਦੇ ਦੌਰਾਨ ਗ੍ਰਿਫਤਾਰ ਕੀਤਾ ਹੈਗਾ ਔਰ ਜੋ ਇਹ ਸਾਰਾ ਅਸਲਾ ਹੈਗਾ, ਇਹ ਨਜਾਇਜ਼ ਅਸਲਾ ਔਰ ਜੋ 12 ਬੋਰ ਦੀ ਬੰਦੂਕ ਹੈਗੀ, ਪੁਲਿਸ ਨੂੰ ਸ਼ੱਕ ਹੈ ਕਿ ਇਹ ਜੋ 12 ਬੋਰ ਦੀ ਬੰਦੂਕ ਹੈਗੀ ਹੈ, ਇਹ ਕਿਤੇ ਚੋਰੀ ਕੀਤੀ ਹੋਈ ਹੈਗੀ। ਬਾਕੀ ਜੋ ਸਾਰਾ ਮਾਮਲਾ ਹੈਗਾ, ਪੁਲਿਸ ਇਸ ਮਾਮਲੇ 'ਚ ਤਫਤੀਸ਼ ਕਰ ਰਹੀ ਹੈ ਜੀ। ਸੋਤਾ ਜੀ, ਇਹ ਸ਼ਖਸ ਕਿੱਥੋਂ ਆ ਰਿਹਾ ਸੀ ਤਾਂ ਕਿੱਥੇ ਜਾ ਰਿਹਾ ਸੀ, ਕੁਛ ਪਤਾ ਲੱਗ ਸਕਿਆ? ਇਹ ਬਰਨਾਲਾ ਜ਼ਿਲ੍ਹਾ ਦੇ ਵਿੱਚ ਪਿੰਡ ਹੈਗਾ ਜੀ, ਉੱਥੋਂ ਦੇ ਰਹਿਣ ਵਾਲੇ ਹੈਗੇ ਨੇ ਔਰ ਇਹਨਾਂ ਨੂੰ ਗਸ਼ਤ ਦੇ ਦੌਰਾਨ ਪੁਲਿਸ ਨੇ 15 ਅਗਸਤ ਨੂੰ ਲੈ ਕੇ ਜੋ ਚੌਕਸੀ ਵਧਾਈ ਹੋਈ ਸੀ, ਉਸ ਨੂੰ ਲੈ ਕੇ ਜੋ ਇਹ ਗ੍ਰਿਫਤਾਰ ਕੀਤਾ ਹੈਗਾ। ਇੱਕ ਤੁਹਾਨੂੰ ਹੋਰ ਸੋਤਾ ਜੀ ਦੱਸ ਦੇਵਾਂ ਇਸ ਗੱਲ ਦੇ ਵਿੱਚ, ਮੈਂ ਜਿਹੜੇ ਬੰਦੇ ਫੜੇ ਗਏ ਹੈਗੇ ਆ, ਪਿਛਲੇ ਦਿਨ ਇਹਨਾਂ ਨੇ ਸੰਧੌੜ ਥਾਣੇ ਦੇ ਵਿੱਚ ਇੱਕ ਮਾਮਲਾ ਦਰਜ ਕਰਾਇਆ ਸੀ ਕਿ ਜੋ ਇਹਨਾਂ ਦੇ ਵਿਰੋਧੀ ਧਿਰ ਹੈਗੀ ਹੈ, ਉਹਨਾਂ ਨੇ ਇਹਨਾਂ ਦੇ ਜੋ ਫਾਇਰਿੰਗ ਕੀਤੀ ਹੈ, ਜਿਸ ਕਰਕੇ ਜੋ ਮਾਮਲਾ ਸੀਗਾ ਸੰਧੌੜ ਪੁਲਿਸ ਨੇ ਇਹਨਾਂ ਦੇ ਵਿਰੋਧੀਆਂ ਖਿਲਾਫ ਦਰਜ ਕਰ ਲਿਆ ਸੀ। ਲੇਕਿਨ ਪੁਲਿਸ ਨੇ ਹੁਣ ਇਹ ਦੱਸਿਆ ਹੈਗਾ ਕਿ ਇਹਨਾਂ ਨੇ ਜੋ ਫਾਇਰਿੰਗ ਆਪਣੇ ਘਰ ਦੇ ਉੱਤੇ ਖੁਦ ਆਪਦੇ ਇਹੀ ਹਥਿਆਰਾਂ ਨਾਲ ਕੀਤੀ ਸੀ ਔਰ ਝੂਠਾ ਜੋ ਮੁਕੱਦਮਾ ਹੈਗਾ ਉਹਦੇ ਵਿਰੋਧੀਆਂ ਖਿਲਾਫ ਦਰਜ ਕਰਾਇਆ ਸੀ ਜੀ। ਸੋਤਾ ਜੀ, ਸੋ ਇਸ ਮਾਮਲੇ 'ਚ ਕਿਸੇ ਨਾਲ ਗੱਲਬਾਤ ਕੀਤੀ? ਜੀ ਬਿਲਕੁਲ, ਇਸ ਮਾਮਲੇ 'ਚ ਜੋ SSP ਸਾਹਿਬ ਨੇ ਬਰਨਾਲਾ ਦੇ ਉਹਨਾਂ ਨਾਲ ਵੀ ਗੱਲ ਹੋਈ ਸੀਗੀ ਔਰ ਬਲਜਿੰਦਰ ਸਿੰਘ ਜੋ ਗਰੋਹ ਦਾ ਮੁੱਖ ਬੰਦਾ ਸੀਗਾ ਉਹਦੇ ਨਾਲ ਵੀ ਗੱਲ ਹੋਈ ਹੈ। ਤਾਂ ਉਹਨਾਂ ਨੇ ਕਹਿਣਾ ਹੈਗਾ ਕਿ ਜੋ ਇਹ ਨਜਾਇਜ਼ ਹਥਿਆਰ ਹੈਗੇ ਨੇ, ਉਹ ਕਿਸੇ ਇਹਨਾਂ ਨੇ ਅਮਨ ਨਾਮ ਦੇ ਬੰਦੇ ਤੋਂ ਖਰੀਦੇ ਸੀਗੇ ਔਰ ਸਾਰੇ ਨਜਾਇਜ਼ ਹਥਿਆਰ ਸੀਗੇ ਔਰ ਇਹਨਾਂ ਨੇ ਇਹ ਵੀ ਦੱਸਿਆ ਕਿ ਇਹਨਾਂ ਦੀ ਕਿਸੇ ਗਿਰੋਹ ਦੇ ਨਾਲ ਜੋ ਲਾਗਡਾਟ ਸੀਗੀ, ਜਿਸ ਕਰਕੇ ਇਹਨਾਂ ਨੇ ਆਪਦੀ ਰੱਖਿਆ ਵਾਸਤੇ ਹਥਿਆਰ ਹੈ ਜਿਹੜੇ ਰੱਖੇ ਹੋਏ ਸੀਗੇ ਔਰ ਇਹਨਾਂ ਨੇ ਇਹ ਵੀ ਮੰਨਿਆ ਕਿ ਜੋ ਇਸ ਦੇ ਘਰ ਤੇ ਬਲਜਿੰਦਰ ਸਿੰਘ ਦੇ ਘਰ ਤੇ ਹਮਲਾ ਸੀ, ਇਹਨਾਂ ਨੇ ਖੁਦ ਆਪ ਗੋਲੀਆਂ ਗੇਟ ਤੇ ਮਾਰ ਕੇ ਜੋ ਪਰਚਾ ਹੈਗਾ ਆਪਦੇ ਵਿਰੋਧੀ ਧਿਰ ਦੇ ਖਿਲਾਫ ਦਰਜ ਕਰਵਾਇਆ ਜੀ। ਸੋਤਾ ਜੀ, ਸੋ ਇਸ ਮਾਮਲੇ ਵਿੱਚ ਰਾਜੇਸ਼ ਜੀ ਨੇ ਗੱਲਬਾਤ ਕੀਤੀ ਹੈ, ਆਫੀਸਰ ਦੇ ਨਾਲ ਕੀ ਗੱਲਬਾਤ ਕੀਤੀ ਹੈ ਤੁਸੀਂ ਸੁਣ ਸਕਦੇ ਹੋ। ਹਾਂ, ਕੀ ਮਾਮਲਾ ਹੈ ਸਾਰਾ, ਕੀ ਵਾਰਦਾਤ ਨੂੰ ਅੰਜਾਮ ਦੇ ਰਹੇ ਸੀ? ਵਾਰਦਾਤ ਸਰ ਉਹਦੀ ਸੇਫਟੀ ਖਾਤਰੀ ਰੱਖੇ ਸੀਗੇ ਜੀ, ਇਹ ਦੂਸਰੀ ਪਾਰਟੀ ਹੈ ਜਿਹੜੀ, ਉਹ ਕ੍ਰਿਮੀਨਲ ਕੈਟਾਗਰੀ ਦੇ ਬੰਦੇ, ਉਹਨਾਂ ਨੇ ਸਾਡੇ 'ਤੇ ਪਹਿਲਾਂ 1-2 ਵਾਰੀ ਅਟੈਕ ਵੀ ਕੀਤਾ, ਝੂਠਾ ਪਰਚਾ ਵੀ ਕਰਵਾਇਆ, ਉਹਦੇ ਵਿੱਚ ਹੀ ਅਸੀਂ ਰੱਖੇ ਸੀ ਜਿਹੜੇ ਹਥਿਆਰ ਆਪਣੇ ਕੋਲ ਨਹੀਂ। ਫਿਰ ਤੁਸੀਂ ਹਥਿਆਰ ਆਪਦੇ ਆਪ ਤੁਸੀਂ ਫਾਇਰਿੰਗ ਕਰਕੇ ਤੁਸੀਂ ਆਪ ਹੀ ਰਿਪੋਰਟ ਲਿਖਾਈ ਸੀ, ਇਹ ਕੀ ਕਾਰਨ ਸੀ? ਉਹਨਾਂ ਬੰਦਿਆਂ ਨੇ ਜੀ ਪਹਿਲਾਂ ਸਾਡੇ 'ਤੇ ਝੂਠਾ ਪਰਚਾ ਬਕਾਇਦਾ ਦਰਜ ਕਰਵਾਤਾ ਸੀ ਜੀ, ਉਹਦੇ ਇਹ ਵੇਚ ਸੀਗਾ ਸਾਰਾ। ਕਿੱਥੋਂ ਲਿਆਉਂਦੇ ਸੀ ਹਥਿਆਰ ਤੁਸੀਂ ਇਹ? ਇਹ ਤਾਂ ਕਾਫੀ ਟਾਈਮ ਤੋਂ ਸੀਗੇ ਜੀ ਕੋਲ, ਮਿੱਤਰ ਸੀਗਾ ਉਹ ਤੋਂ ਮੰਗਵਾਏ ਸੀ। ਕਿੱਥੋਂ ਲਿਆਉਂਦਾ ਹੋਇਆ ਸੀ ਹਥਿਆਰ ਪਹਿਲਾਂ? ਇਹ ਅਮਨੇ ਤੋਂ ਲਿੱਤੇ ਸੀ ਜੀ। ਅਮਨੇ ਤੋਂ ਲਿੱਤੇ ਸੀ। ਕਿਹੜੀ ਜਗ੍ਹਾ ਤੁਸੀਂ ਇਹ ਫਾਇਰਿੰਗ ਕੀਤੀ ਅਤੇ ਕਿਹਨੂੰ ਤੁਸੀਂ ਫਾਇਰਿੰਗ ਕੀਤੀ ਹੈ, ਕਿਹੜੇ ਬੰਦੇ ਨੂੰ ਤੁਸੀਂ? ਫਾਇਰਿੰਗ ਕਿਸੇ ਨੂੰ ਨਹੀਂ ਕੀਤੀ ਜੀ, ਫਾਇਰਿੰਗ ਗੇਟਾਂ 'ਚ ਮਾਰਿਆ ਸੀਗਾ ਆਪਦੀ। ਅੱਛਾ, ਹਾਂਜੀ। ਪਹਿਲਾਂ ਵੀ ਕੋਈ ਵਾਰਦਾਤ ਕੀਤੀ ਹੈ? ਨਹੀਂ ਜੀ। ਕਿੱਥੋਂ ਦੇ ਬੰਦੇ ਆ ਜਿਹਦੇ ਨਾਲ ਦੁਸ਼ਮਣੀ ਹੈ ਤੁਹਾਡੀ? ਕਿੱਥੋਂ ਦੇ ਬੰਦੇ ਆ ਜਿਹੜੇ? ਪਿੰਡ ਦੇ ਬੰਦੇ ਜੀ। ਹੈ? ਪਿੰਡ ਦੇ ਬੰਦੇ ਜੀ। ਕਿਹੜੇ ਪਿੰਡ? ਸਾਪੇ ਦੇ। ਕੀ ਸਰ ਪੂਰਾ ਮਾਮਲਾ, ਕੀ ਕੁਛ ਇਹਨਾਂ ਤੋਂ ਬਰਾਮਦ ਹੋਇਆ, ਕੀ ਕੇਸ ਸਰ ਜੋ ਪੁਲਿਸ ਨੇ ਦਰਜ ਕੀਤਾ ਹੈ? ਇਹ 2 ਵਿਅਕਤੀ ਜਿਹੜੇ ਕਿ ਛਾਪਾ ਪਿੰਡ ਥਾਣਾ ਠੁੱਲੀਵਾਲ ਦੇ ਰਹਿਣ ਵਾਲੇ ਹਨ, ਇਹਨਾਂ ਤੋਂ 3 ਅਸਲੇ ਬਰਾਮਦ ਹੋਏ ਹਨ ਨਾਜਾਇਜ਼ ਤੌਰ 'ਤੇ, ਜਿਹੜੇ ਕਿ ਇਹਨਾਂ ਨੇ ਰੱਖੇ ਹੋਏ ਸੀ। ਇਹਨਾਂ ਦੇ ਨਾਮ ਜਸਵੰਤ ਸਿੰਘ ਅਤੇ ਬਲਜਿੰਦਰ ਸਿੰਘ
ਜੋ ਹਾਲੇ ਤੱਕ ਤਫਤੀਸ਼ 'ਚ ਸਾਹਮਣੇ ਆਇਆ ਹੈ। ਔਰ ਇਹ ਜਿਹੜੇ ਨਜਾਇਜ਼ ਅਸਲੇ ਹੈ ਇਹਦੇ ਰਾਹੀਂ ਉਹਨਾਂ ਨੇ ਇੱਕ ਵਾਰਦਾਤ ਨੂੰ ਅੰਜਾਮ ਦੇ ਕੇ ਥਾਣਾ ਸੰਦੌੜ ਦੇ ਵਿੱਚ ਕਿਸੇ ਹੋਰ ਵਿਅਕਤੀ 'ਤੇ ਨਾਜਾਇਜ਼ FIR ਵੀ ਦਰਜ ਕਰਵਾਈ ਹੋਈ ਸੀ। ਉਹ FIR ਨੰਬਰ 64/12 ਤਰੀਕ ਨੂੰ ਥਾਣਾ ਸੰਦੌੜ ਵਿਖੇ ਦਰਜ ਕਰਵਾਈ ਗਈ ਸੀ। ਔਰ ਇਹਨਾਂ ਦੇ ਵੱਲੋਂ ਅਸਲੇ ਦਾ ਇਸ ਤਰੀਕੇ ਨਾਲ ਨਾਜਾਇਜ਼ ਉਪਯੋਗ ਕਰਨਾ ਕਿਸੇ ਹੋਰ ਵੱਡੀ ਸਾਜਿਸ਼ ਨੂੰ ਵੀ ਅੰਜਾਮ ਦੇ ਸਕਦਾ ਸੀ। ਇੰਚਾਰਜ CIA ਬਰਨਾਲਾ ਦੀ ਟੀਮ ਵੱਲੋਂ ਇਹਨਾਂ ਵਿਅਕਤੀਆਂ ਨੂੰ ਫੜਨ ਉਪਰੰਤ ਮੁਕੱਦਮਾ ਜਿਹੜਾ ਥਾਣਾ ਠੁੱਲੀਵਾਲ ਵਿਖੇ 47 ਨੰਬਰ ਮੁਕੱਦਮਾ ਦਰਜ ਕੀਤਾ ਗਿਆ ਹੈ ਆਰਮਸ ਐਕਟ ਦੇ ਅਧੀਨ। ਅਤੇ ਤਫਤੀਸ਼ ਦੌਰਾਨ ਜੇ ਕੋਈ ਹੋਰ ਗੱਲ ਇਹਨਾਂ ਦੀ ਸਾਜਿਸ਼ ਜਾਂ ਹਥਿਆਰਾਂ ਪ੍ਰਤੀ ਕੋਈ ਇਹਨਾਂ ਨੇ ਹਥਿਆਰਾਂ ਦੇ ਨਾਲ ਕੋਈ ਹੋਰ ਵਾਰਦਾਤ ਨੂੰ ਅੰਜਾਮ ਦਿੱਤਾ ਹੋਏਗਾ ਉਹਦੇ 'ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹਨਾਂ 'ਤੇ ਪਹਿਲਾਂ ਸ਼ਰਾਬ ਦੀ ਤਸਕਰੀ ਦੇ ਕੁਝ ਮਾਮਲੇ ਦਰਜ ਹਨ ਔਰ ਇਹਨਾਂ ਦਾ ਮਾੜੇ ਅਨਸਰਾਂ ਦੇ ਨਾਲ ਜਿਹੜਾ ਸੰਬੰਧ ਹੈਗਾ ਉਹ ਕਾਫੀ ਸਮੇਂ ਤੋਂ ਚੱਲਿਆ ਆ ਰਿਹਾ, ਪਰ ਉਹਦੇ ਬਾਰੇ ਦੇ ਵਿੱਚ ਹੁਣੇ ਇਹ ਹਥਿਆਰਾਂ ਦੀ ਬਰਾਮਦਗੀ ਦੇ ਨਾਲ ਕਾਫੀ ਖੁਲਾਸਾ ਹੋਇਆ। ਕੀ ਬਰਾਮਦ ਹੋਇਆ? ਇਹਦੇ ਵਿੱਚ 2 ਪਿਸਟਲ ਬਰਾਮਦ ਹੋਏ ਹੈ, ਇੱਕ 32 ਬੋਰ ਦਾ ਅਤੇ ਇੱਕ 315 ਬੋਰ ਦਾ, ਔਰ ਇਸ ਤੋਂ ਇਲਾਵਾ 12 ਬੋਰ ਦੀ ਇੱਕ ਰਾਈਫਲ ਬਰਾਮਦ ਹੋਈ ਹੈ ਜੋ ਕਿ ਤਫਤੀਸ਼ ਦੌਰਾਨ ਸਾਨੂੰ ਹਾਲੇ ਤੱਕ ਜਾਪ ਰਿਹਾ ਕਿ ਸ਼ਾਇਦ ਇਹ ਚੋਰੀ ਦੀ ਰਾਈਫਲ ਵੀ ਹੋ ਸਕਦੀ ਹੈ ਕਿਸੇ ਵੀ। ਨਹੀਂ, ਇੱਦਾਂ ਦੀ ਕੋਈ ਗੱਲ ਹਾਲੇ ਤੱਕ ਸਾਹਮਣੇ ਨਹੀਂ ਆਈ ਹੈ। ਔਰ ਜਿਹੜਾ ਇਹਨਾਂ ਨੇ ਇਹ ਅਸਲਾ ਇਸਤੇਮਾਲ ਕਰਨਾ ਸੀ ਉਹ ਸਾਨੂੰ ਪਤਾ ਚੱਲਿਆ ਕਿ ਇਹਨਾਂ ਨੇ ਆਪਣੀ ਆਪਸੀ ਰੰਜਿਸ਼ ਜਿਹੜੀ ਇਹਨਾਂ ਦੀ ਗੁੱਟਬੰਦੀ ਜਾਂ ਧੜੇਬੰਦੀ ਦੂਸਰੇ ਵਿਅਕਤੀਆਂ ਦੇ ਨਾਲ ਹੈ ਉਹਦੇ ਵਿੱਚ ਇਹਨਾਂ ਨੇ ਆਪਣੇ ਫਾਇਦੇ ਵਾਸਤੇ ਇਸਤੇਮਾਲ ਕਰਨਾ ਸੀਗਾ। ਹੋਰ ਵੀ ਬੰਦੇ ਜੁੜੇ ਹੋਏ ਸੀ ਇਸ ਤਰ੍ਹਾਂ, ਜਿਵੇਂ ਗਰੁੱਪ ਬਣਾ ਰਹੇ ਸੀ, ਹੋਰ ਵੀ ਜਿਵੇਂ ਦੱਸੋ ਦੇ ਕਰੀਬ ਹੋਰ ਵਿਅਕਤੀ ਜੁੜੇ ਹੋਏ ਸੀ ਅਤੇ ਉਹਨਾਂ ਵਿੱਚੋਂ ਜਿੱਦਾਂ ਜਿਹੜਾ ਇੱਕ ਵਿਅਕਤੀ ਜਿਹਦੀ ਪਛਾਣ ਸਾਨੂੰ ਸੰਦੀਪ ਸਿੰਘ ਵਜੋਂ ਹੋਈ ਹੈ ਜਿਹੜਾ ਕਿ ਸੰਦੌੜ ਥਾਣੇ ਦਾ ਰਹਿਣ ਵਾਲਾ ਹੈ, ਉਹ ਜਿਹੜਾ ਕਿ ਉਹ ਫੜਨ ਵਾਲਾ ਹਾਲੇ ਪੁਲਿਸ ਵੱਲੋਂ ਬਾਕੀ ਹੈ। ਔਰ ਇਸ ਤੋਂ ਇਲਾਵਾ 2 ਹੋਰ ਵਿਅਕਤੀ ਹਨ ਜਿਹੜੇ ਕਿ ਇਹਨਾਂ ਦੇ ਨਾਲ ਇਹਨਾਂ ਵਾਰਦਾਤਾਂ ਦੇ ਵਿੱਚ ਸ਼ਾਮਿਲ ਸੀ। ਸੋ ਇਹ ਸੀ ਹੁਣ ਤੱਕ ਦੀ ਅਪਡੇਟ। ਨਵੀਆਂ ਅਤੇ ਤਾਜ਼ਾ ਖਬਰਾਂ ਵਾਸਤੇ ਜੁੜੇ ਰਹੋ ਏਵਨ ਪੰਜਾਬੀ TV ਦੇ ਨਾਲ।